ਪੰਜਾਬੀ ਖਿੜਕੀ ਦੇਖ ਰਹੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਕਰੋਨਾ ਵਾਇਰਸ ਕਰਕੇ ਆਪਣਾ ਸਾਰਾ ਦੇਸ਼, ਸਾਰੀ ਦੁਨੀਆ ਇੱਕ ਵੱਖਰੇ ਕਿਸਮ ਦੇ ਚੈਲੰਜ ਨੂੰ ਫੇਸ ਕਰ ਰਹੀ ਹੈ, ਔਰ ਇਸ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਸਰਕਾਰ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ, ਪੁਲਿਸ ਵੱਲੋਂ, ਹੈਲਥ ਡਿਪਾਰਟਮੈਂਟ ਵੱਲੋਂ ਬਹੁਤ ਸਾਰੇ ਐਫਰਟਸ, ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪਰ ਉਹਨਾਂ ਐਫਰਟਸ ਦੇ ਬਾਵਜੂਦ ਕੁਛ ਲੋਕ ਐਵੇਂ ਦੇ ਹੈ ਜੋ ਇਸ ਸਿਚੁਏਸ਼ਨ ਦੀ ਸੀਰੀਅਸਨੈਸ ਨੂੰ ਸਮਝ ਨਹੀਂ ਰਹੇ, ਇਸ ਦੀ ਗੰਭੀਰਤਾ ਨੂੰ ਸਮਝ ਨਹੀਂ ਪਾ ਰਹੇ। ਸੋ ਮੇਰੀ ਖਾਸ ਕਰਕੇ ਉਹਨਾਂ ਲੋਕਾਂ ਨੂੰ ਇਹ ਅਪੀਲ ਹੈ ਕਿ ਕਾਇੰਡਲੀ ਤੁਸੀਂ ਪ੍ਰਸ਼ਾਸਨ ਨਾਲ, ਪੁਲਿਸ ਨਾਲ ਕੋਆਪਰੇਟ ਕਰੋ, ਉਹਨਾਂ ਨੂੰ ਆਪਣਾ ਸਹਿਯੋਗ ਦਿਓ। ਇਹ ਇੱਕ ਐਵੇਂ ਦਾ ਚੈਲੰਜ ਹੈ ਜਿਸ ਨੂੰ ਕਿ ਆਪਾਂ ਸਭ ਲੋਕ ਪਹਿਲੀ ਵਾਰੀ ਫੇਸ ਕਰ ਰਹੇ ਹਾਂ, ਔਰ ਇਸ ਵਿੱਚ ਕੁਛ ਨਾ ਕੁਛ ਮੁਸ਼ਕਿਲਾਂ ਵੀ ਆ ਜਾਂਦੀਆਂ। ਸੋ ਇਹ ਜ਼ਰੂਰੀ ਹੈ ਕਿ ਆਪਾਂ ਇਸ ਟਾਈਮ ਵਿੱਚ ਪੇਸ਼ੈਂਸ ਰੱਖੀਏ। ਐਡਮਿਨਿਸਟ੍ਰੇਸ਼ਨ ਦੀ ਪੂਰੀ ਕੋਸ਼ਿਸ਼ ਹੈ ਕਿ ਤੁਹਾਡੇ ਘਰ ਤੱਕ ਹਰ ਜ਼ਰੂਰੀ ਚੀਜ਼ ਤੁਹਾਨੂੰ ਪਹੁੰਚਾਈ ਜਾਵੇ, ਔਰ ਸਿਰਫ ਤੇ ਸਿਰਫ ਆਪਣੇ ਘਰ ਤੋਂ ਬਾਹਰ ਤੁਸੀਂ ਉਦੋਂ ਹੀ ਨਿਕਲੋ ਜਦੋਂ ਕਿ ਤੁਹਾਨੂੰ ਕੋਈ ਮੈਡੀਕਲ ਐਮਰਜੈਂਸੀ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਆਪਾਂ ਇੱਕ ਦੂਸਰੇ ਦਾ ਸਹਿਯੋਗ ਕਰੀਏ, ਐਡਮਿਨਿਸਟ੍ਰੇਸ਼ਨ ਦਾ, ਪੁਲਿਸ ਦਾ ਸਹਿਯੋਗ ਕਰੀਏ। ਜਿਸ ਤਰ੍ਹਾਂ ਕਿ ਹੁਣ ਪੰਜਾਬ ਵਿੱਚ 1 ਮਈ ਤੱਕ ਲੋਕਡਾਊਨ ਐਕਸਟੈਂਡ ਕੀਤਾ ਗਿਆ, ਔਰ ਇਹ ਆਉਣ ਵਾਲਾ ਪੀਰੀਅਡ ਬਹੁਤ ਹੀ ਕਰੂਸ਼ੀਅਲ ਹੈ। ਸੋ ਇਸ ਵਿੱਚ ਖਾਸ ਕਰਕੇ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਸੋਸ਼ਲ ਰਿਸਪੋਂਸਿਬਿਲਿਟੀ ਸਮਝਦੇ ਹੋਏ ਪੁਲਿਸ ਦਾ, ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਦਿਓ, ਔਰ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੇਫ ਰੱਖੋ, ਕਿਉਂਕਿ ਜੋ ਵੀ ਸਟੈਪਸ ਚੱਕੇ ਜਾ ਰਹੇ ਹੈ ਸਿਰਫ ਅਤੇ ਸਿਰਫ ਤੁਹਾਡੀ ਸੇਫਟੀ ਲਈ ਹੈ। ਔਰ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼, ਨੈਗੇਟਿਵ ਨਿਊਜ਼ ਨੂੰ ਪਬਲਿਸ਼ ਕਰਨ ਤੋਂ ਪਹਿਲਾਂ ਉਸ ਦੀ ਓਥੈਂਟਿਸਿਟੀ ਜ਼ਰੂਰ ਚੈੱਕ ਕਰੋ, ਕਿਉਂਕਿ ਸਾਰੇ ਐਫਰਟਸ ਤੁਹਾਡੇ ਲਈ ਕੀਤੇ ਜਾ ਰਹੇ ਹੈ। ਔਰ ਫੇਕ ਨਿਊਜ਼ ਸਪਰੈਡ ਕਰਕੇ ਕਾਇੰਡਲੀ ਪੈਨਿਕ ਨਾ ਕ੍ਰੀਏਟ ਕਰੋ। ਇਸ ਟਾਈਮ ਵਿੱਚ ਇਹ ਜ਼ਰੂਰੀ ਹੈ ਕਿ ਆਪਾਂ ਸਟਰੋਂਗਲੀ ਪੋਜ਼ਿਟਿਵ ਰਹਿ ਕੇ ਪ੍ਰਸ਼ਾਸਨ ਦੀ ਸਪੋਰਟ ਕਰਕੇ ਆਪਣੇ ਘਰਦਿਆਂ ਨੂੰ ਸੇਫ ਰੱਖਣਾ, ਤਾਂ ਕਿ ਜਲਦੀ ਤੋਂ ਜਲਦੀ ਆਪਾਂ ਇਸ ਚੈਲੰਜ ਨੂੰ ਓਵਰਕਮ ਕਰ ਸਕੀਏ। ਥੈਂਕ ਯੂ।